ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ ਸਾਰੇ ਦੋਸਤਾਂ ਦਾ, ਵੀਰਾਂ ਦਾ ਸਵਾਗਤ ਹੈ ਜੀ। ਅਕਸਰ ਬਾਹਰ ਜਾਣ ਦੀ ਜਦੋਂ ਗੱਲ ਕਰਦੇ ਹਾਂ ਤਾਂ ਵੱਖਰੇ ਵੱਖਰੇ ਸਵਾਲ ਹੁੰਦੇ ਆ ਲੋਕਾਂ ਦੇ ਮਨਾਂ ਦੇ ਵਿੱਚ। ਜੇਕਰ ਤੁਸੀਂ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਕਈ ਤਰ੍ਹਾਂ ਦੇ ਸਵਾਲ ਹੋਣਗੇ। ਇਹ ਵੀਡੀਓ ਬਣਾਉਣ ਦਾ ਮੋਟਿਵ ਕੀ ਸੀਗਾ? ਹੋ ਸਕਦਾ ਇਹ ਵੀਡੀਓ ਪਸੰਦ ਨਾ ਆਵੇ ਤੁਹਾਨੂੰ, ਬਟ ਸੱਚ ਕੀ ਆ ਉਹਦੇ ਤੱਕ ਪਹੁੰਚਣਾ ਪੈਣਾ। ਭੁੱਖੇ ਨੂੰ ਰੋਟੀ ਚਾਹੀਦੀ ਹੈ। ਅੱਜ ਜ਼ਿਆਦਾਤਰ ਲੋਕ ਪੰਜਾਬ ਦੇ ਵਿੱਚ ਵਿਦੇਸ਼ ਜਾਣਾ ਚਾਹੁੰਦੇ ਆ। 2.5 ਕਰੋੜ ਲੋਕਾਂ ਦੀ ਅੱਜ ਸਾਡੀ ਆਬਾਦੀ ਹੈ, ਅਤੇ 2.5 ਕਰੋੜ ਲੋਕਾਂ 'ਚੋਂ 2 ਕਰੋੜ ਤੋਂ ਵੱਧ ਲੋਕ ਅੱਜ ਵਿਦੇਸ਼ਾਂ ਦੇ ਵਿੱਚ ਜਾਣਾ ਚਾਹੁੰਦੇ ਆ, ਕਿਉਂਕਿ ਰੁਝਾਨ ਬਣ ਚੁੱਕਾ ਵਾ। ਔਰ ਜਦੋਂ ਬਾਹਰ ਜਾਣ ਦੀ ਗੱਲ ਕਰਦੇ ਹਾਂ ਤਾਂ ਸਟੂਡੈਂਟ ਵੀਜ਼ਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ, ਕਿਉਂਕਿ ਪੜ੍ਹਾਈ ਤੌਰ 'ਤੇ ਜਿਹੜਾ ਜਾਂਦਾ ਉਹ ਪੱਕਾ ਹੋ ਜਾਂਦਾ, ਔਰ ਪੜ੍ਹਾਈ ਤੌਰ 'ਤੇ ਜਾ ਕੇ ਤੁਸੀਂ ਕੱਲ੍ਹ ਨੂੰ PR ਲੈ ਲੈਂਦੇ ਜੇ ਤੁਸੀਂ ਨਾਗਰਿਕਤਾ ਹਾਸਲ ਕਰ ਲੈਂਦੇ ਹੋ। ਚਾਹੇ ਉਹ ਕਨੇਡਾ ਹੋਵੇ, ਆਸਟ੍ਰੇਲੀਆ ਹੋਵੇ, ਅਮਰੀਕਾ ਹੋਵੇ, ਸਾਡੀ ਕੋਸ਼ਿਸ਼ ਹੁੰਦੀ ਹੈ ਸਹੀ ਗਾਈਡ ਕਰੀਏ, ਚੰਗੇ ਮੁਲਕ ਬਾਰੇ ਦੱਸੀਏ। ਮੈਂ ਕਦੀ ਵੀ ਕਿਸੇ ਨੂੰ ਸਿੰਗਾਪੁਰ, ਸਾਈਪਰਸ, ਛੋਟੇ ਛੋਟੇ ਮੁਲਕਾਂ 'ਚ ਜਾਣ ਲਈ ਕਦੀ ਵੀ ਨਹੀਂ ਕਹਿੰਦਾ। ਨਾ ਅਸੀਂ ਕਿਸੇ ਮਾੜੀ ਕੰਟਰੀ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਸਾਡੀ ਕੋਸ਼ਿਸ਼ ਹੁੰਦੀ ਕਿ ਡਿਵੈਲਪ ਕੰਟਰੀ ਵਿੱਚ ਬੱਚੇ ਨੂੰ ਭੇਜਿਆ ਜਾਏ। ਅਤੇ ਅੱਜ ਦੋਸਤੋ ਗੱਲ ਕਰਾਂਗੇ ਆਸਟ੍ਰੇਲੀਆ ਦੀ, ਜੋ ਕਿ ਖਿੱਚ ਦਾ ਕਾਰਨ ਬਣਿਆ ਵਾ। ਪੈਸੇ ਚੰਗੇ ਬਣਦੇ ਆ, ਲੋਕਾਂ ਨੂੰ ਚੰਗਾ ਰੁਜ਼ਗਾਰ ਮਿਲਦਾ ਪਿਆ ਵਾ, ਔਰ ਬੱਚੇ ਆਪਣੇ ਸੁਪਨੇ ਪੂਰੇ ਕਰਦੇ ਉੱਥੇ ਜਾ ਕੇ। ਬਹੁਤ ਵੱਡੇ ਲੈਵਲ ਦੇ ਉੱਤੇ, ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕਾਂ ਕੋਲੋਂ ਆਇਲਸ ਨਹੀਂ ਹੁੰਦੀ। ਇੱਕ ਪਿੰਡ ਦੇ ਵਿੱਚ ਬੰਦਾ ਰਹਿੰਦਾ ਵਾ, ਪੇਂਡੂ ਪਿਛੋਕੜ ਹੋਣ ਕਾਰਨ ਸਾਰਾ ਦਿਨ ਪੰਜਾਬੀ ਬੋਲਦੇ ਆ, ਅੰਗਰੇਜ਼ੀ ਦਾ ਮਾਹੌਲ ਨਹੀਂ ਹੈਗਾ, ਸ਼ਹਿਰਾਂ 'ਚ ਘੱਟ ਆਉਂਦੇ ਆ, ਇਸ ਕਰਕੇ ਆਇਲਸ ਤੋਂ ਡਰ ਲੱਗਦਾ। ਕੁਝ ਬੱਚੇ 6 ਮਹੀਨੇ, ਸਾਲ, 2-2 ਸਾਲ ਆਇਲਸ ਕਰੀ ਜਾ ਰਹੇ, ਨਹੀਂ ਹੁੰਦੀ ਵੀ ਆਇਲਸ। ਕਿੱਦਾਂ ਜਾ ਸਕਦੇ ਹਾਂ ਅਸੀਂ ਆਸਟ੍ਰੇਲੀਆ ਬਿਨਾਂ ਆਇਲਸ ਦੇ? ਅੱਜ ਇਸ ਚੀਜ਼ ਨੂੰ ਡਿਸਕਸ ਕਰਾਂਗੇ। ਅੱਜ ਆਸਟ੍ਰੇਲੀਆ 'ਚ ਜਾਣ ਵਾਸਤੇ ਬਿਨਾਂ ਆਇਲਸ ਦੇ ਤੁਹਾਡੇ ਨੰਬਰ ਵੀ ਹੁਣ ਥੋੜ੍ਹੇ ਆ, ਕਿੱਦਾਂ ਜਾ ਸਕਦੇ ਹਾਂ? ਸਭ ਤੋਂ ਪਹਿਲਾਂ ਦੇਖਣ ਵਾਲੀ ਚੀਜ਼ ਹੈ ਕਿ ਤੁਸੀਂ ਪੜ੍ਹਨ ਕੀ ਚੱਲੇ ਹੋ। ਜ਼ਿਆਦਾਤਰ ਲੋਕ ਜਿਨ੍ਹਾਂ ਦੀ ਉਮਰ 17 ਸਾਲ ਹੈ, 18 ਸਾਲ ਹੈ, ਬੱਚੇ ਹੈ ਜਿਹੜੇ, ਜਿਨ੍ਹਾਂ ਦੇ ਹਜੇ 11ਵੀਂ ਕਲਾਸ ਕੀਤੀ ਹੈ ਜਾਂ 12ਵੀਂ ਕੰਪਲੀਟ ਨਹੀਂ ਕੀਤੀ, ਜਾਂ 12ਵੀਂ 'ਚ ਜਿਨ੍ਹਾਂ ਦੇ ਨੰਬਰ ਘੱਟ ਹੈ, ਉਹ ਬੱਚਾ ਸਕੂਲਿੰਗ ਵੀਜ਼ੇ ਵਾਸਤੇ ਜਾਂਦਾ, ਜਿਹਨੂੰ ਸੈਕੰਡਰੀ ਐਜੂਕੇਸ਼ਨ ਕਿਹਾ ਜਾਂਦਾ। ਜੇਕਰ ਤੁਸੀਂ ਆਸਟ੍ਰੇਲੀਆ ਦੇ ਕਿਸੇ ਸਕੂਲ ਦੇ ਵਿੱਚ 12ਵੀਂ ਕਲਾਸ ਦੇ ਵਿੱਚ ਦਾਖਲਾ ਲੈਂਦੇ ਜੇ ਤਾਂ ਉਹਦੇ ਵਿੱਚ ਆਇਲਸ ਨਹੀਂ ਚਾਹੀਦੀ, ਤੁਸੀਂ ਬਿਨਾਂ ਆਇਲਸ ਦੇ ਅਪਲਾਈ ਕਰ ਸਕਦੇ ਹੋ। ਸਕੂਲ ਦੇ ਵਿੱਚ ਪੜ੍ਹਨ ਦਾ ਵੀਜ਼ਾ ਜਦੋਂ ਅਪਲਾਈ ਕਰਦੇ ਹਾਂ ਤਾਂ ਆਇਲਸ ਨਹੀਂ ਚਾਹੀਦੀ। ਇਹ ਪਹਿਲਾ ਤਰੀਕਾ ਹੋ ਗਿਆ। ਦੂਸਰਾ ਤਰੀਕਾ, ਤੁਸੀਂ ਕਿਸੇ ਤਰ੍ਹਾਂ ਦੇ ਰਿਸਰਚ ਪ੍ਰੋਗਰਾਮ ਦੇ ਵਿੱਚ ਚੱਲੇ ਹੋ, ਜਿਹਨੂੰ PhD ਕਿਹਾ ਜਾਂਦਾ। ਤੁਸੀਂ ਕਿਸੇ ਤਰ੍ਹਾਂ ਦੇ ਐਕਸਚੇਂਜ ਪ੍ਰੋਗਰਾਮ ਦੇ ਵਿੱਚ ਚੱਲੇ ਹੋ, ਐਕਸਚੇਂਜ ਪ੍ਰੋਗਰਾਮ ਔਰ ਰਿਸਰਚ ਦੇ ਪ੍ਰੋਗਰਾਮਾਂ ਦੇ ਵਿੱਚ ਵੀ ਆਇਲਸ ਨਹੀਂ ਚਾਹੀਦੀ ਹੁੰਦੀ, ਕਿਉਂਕਿ ਤੁਹਾਡਾ ਜਿਹੜਾ ਕੋਰਸ ਹੈ ਉਹ ਸੁਪਰਵਾਈਜ਼ਰ ਦੇ ਉੱਤੇ ਡਿਪੈਂਡ ਕਰਦਾ, ਜਿਹੜਾ ਸੁਪਰਵਾਈਜ਼ਰ ਤੁਹਾਨੂੰ ਪਰਮਿਸ਼ਨ ਦੇ ਰਿਹਾ ਵਾ, ਜਿਹਦੇ ਅੰਡਰ ਤੁਸੀਂ PhD ਕਰਨੀ ਹੈ ਜਾਂ ਰਿਸਰਚ ਵਰਕ ਕਰਨਾ। ਉੱਥੇ ਐਕਸੈਪਟੈਂਸ ਹੀ ਤਾਂ ਹੁੰਦੀ ਹੈ ਜਦੋਂ ਤੁਸੀਂ ਚੰਗੇ ਨੰਬਰਾਂ ਨਾਲ ਪਾਸ ਹੋਏ ਹੁੰਦੇ ਹੋ। ਜੇਕਰ ਤੁਹਾਨੂੰ ਕਿਸੇ PhD ਦੇ ਵਿੱਚ ਦਾਖਲਾ ਮਿਲਿਆ ਹੋਇਆ ਤਾਂ ਤੁਸੀਂ ਬਿਨਾਂ ਆਇਲਸ ਦੇ ਵੀ ਜਾ ਸਕਦੇ ਹੋ। ਅਗਲਾ ਤਰੀਕਾ ਹੈ ਦੋਸਤੋ ਆਸਟ੍ਰੇਲੀਆ ਬਿਨਾਂ ਆਇਲਸ 'ਤੇ ਜਾਣ ਦਾ, ਪਾਥਵੇ ਕੋਰਸਿਸ। ਇਹ ਪਾਥਵੇ ਕੋਰਸਿਸ ਕੀ ਹੁੰਦੇ ਆ? ਬੜੇ ਚੰਗੀ ਤਰ੍ਹਾਂ ਸੁਣਿਓ। ਬਹੁਤ ਸਾਰੇ ਲੋਕ ਹੈ ਜਿਨ੍ਹਾਂ ਦੇ ਆਸਟ੍ਰੇਲੀਆ ਦੇ ਵੀਜ਼ੇ ਰਿਫਿਊਜ਼ ਹੋਏ ਦੇ ਨੇ, ਉਹ ਪਰੇਸ਼ਾਨ ਨੇ, ਕਿੱਦਾਂ ਜਾ ਸਕਦੇ ਆ? ਜੇਕਰ ਤੁਹਾਡਾ ਇੱਕ ਵਾਰ ਆਸਟ੍ਰੇਲੀਆ ਤੋਂ ਵੀਜ਼ਾ ਰਿਫਿਊਜ਼ ਹੈ, ਤੁਸੀਂ ਦੁਬਾਰਾ ਆਸਟ੍ਰੇਲੀਆ ਜਾ ਸਕਦੇ ਹੋ। ਟ੍ਰਿਕ ਹੁੰਦੀ ਹੈ, ਇਹ ਟ੍ਰਿਕ ਕੀ ਹੈ ਤੁਹਾਨੂੰ ਹਰ ਕਿਸੇ ਨੇ ਨਹੀਂ ਦੱਸਣੀ, ਮੈਂ ਚੰਗੀ ਤਰ੍ਹਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ। ਜੇ ਮੇਰੇ ਕੋਲ ਨਹੀਂ ਵੀ ਆਉਣਾ, ਤੁਸੀਂ ਕਿਤੋਂ ਵੀ ਅਪਲਾਈ ਕਰ ਸਕਦੇ ਜੇ ਤੁਸੀਂ ਪਾਥਵੇ ਕੋਰਸਿਸ ਦੇ ਵਿੱਚ ਅਪਲਾਈ ਕਰਨਾ। ਕੀ ਹੁੰਦੇ ਆ ਪਾਥਵੇ ਕੋਰਸਿਸ? ਪਾਥਵੇ ਕੋਰਸਿਸ ਇਹ ਹੈ ਕਿ ਤੁਸੀਂ ਇੱਕ ਆਸਟ੍ਰੇਲੀਆ ਦੇ ਯੂਨੀਵਰਸਿਟੀ ਦੇ ਵਿੱਚ ਜਾਂ ਉੱਥੇ ਦੇ ਕਿਸੇ ਕਾਲਜ ਦੇ ਵਿੱਚ ਦਾਖਲਾ ਲੈਣਾ। ਵੀਜ਼ਾ ਤਾਂ ਤੁਹਾਡੇ ਲੱਗਾ ਨਹੀਂ, ਹੁਣ ਕਿੱਦਾਂ ਜਾ ਸਕਦੇ? ਮੈਂ ਗੱਲ ਕਰਦਾ ਵੀ ਉਹਨਾਂ ਬੱਚਿਆਂ ਦੀ ਜਿਨ੍ਹਾਂ ਦੇ ਵੀਜ਼ੇ ਰਿਫਿਊਜ਼ ਹੈ ਜਾਂ ਜਿਹੜੇ ਬਿਨਾਂ ਆਇਲਸ ਦੇ ਜਾਣਾ ਚਾਹੁੰਦੇ ਆ। ਅੱਜ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਦੇ ਬਹੁਤ ਸਾਰੇ ਕੈਂਪਸ ਆਸਟ੍ਰੇਲੀਆ ਤੋਂ ਬਾਹਰ ਵੀ ਹੈ, ਜਿਹਨੂੰ ਆਫਸ਼ੋਰ ਕੈਂਪਸ ਕਿਹਾ ਜਾਂਦਾ, ਵੱਖਰੇ ਵੱਖਰੀਆਂ ਕੰਟਰੀਆਂ 'ਚ ਜਿੱਥੇ ਵੀਜ਼ੇ ਲੱਗ ਜਾਂਦੇ ਆ। ਪਹਿਲੀ ਸ਼ੁਰੂਆਤ ਕਰਾਂਗੇ ਸਿੰਗਾਪੁਰ ਤੋਂ। ਸਿੰਗਾਪੁਰ ਇੱਕ ਡਿਵੈਲਪ ਕੰਟਰੀ ਹੈ, ਮੈਂ ਨਹੀਂ ਕਹਿੰਦਾ ਤੁਸੀਂ ਸਿੰਗਾਪੁਰ ਦੇ ਵਿੱਚ ਪੜ੍ਹਨ ਜਾਓ। ਸਿੰਗਾਪੁਰ 'ਚ ਤੁਸੀਂ ਪਾਥਵੇ ਕੋਰਸ ਵਾਸਤੇ ਜਾ ਸਕਦੇ ਹੋ। ਸਿੰਗਾਪੁਰ ਦੇ ਵਿੱਚ ਪਹਿਲੇ ਨੰਬਰ 'ਤੇ ਆਸਟ੍ਰੇਲੀਅਨ ਇੰਸਟੀਚਿਊਟ ਹੈ, ਡੀਕਨ ਯੂਨੀਵਰਸਿਟੀ। ਡੀਕਨ ਯੂਨੀਵਰਸਿਟੀ ਦੇ ਵਿੱਚ ਤੁਸੀਂ ਡਿਪਲੋਮਾ ਕਰ ਸਕਦੇ ਹੋ, ਤੁਸੀਂ ਡਿਗਰੀ ਕਰ ਸਕਦੇ ਹੋ, ਤੁਸੀਂ ਇੰਗਲਿਸ਼ ਦਾ ਕੋਰਸ ਕਰ ਸਕਦੇ ਹੋ। ਡੀਕਨ ਯੂਨੀਵਰਸਿਟੀ 'ਚ ਜਦੋਂ ਤੁਸੀਂ ਸਿੰਗਾਪੁਰ 'ਚ ਪੜ੍ਹਨਾ, ਉੱਥੇ ਆਸਟ੍ਰੇਲੀਆ ਨਾਲੋਂ ਜਿਹੜੀ ਫੀਸ ਹੈ ਅੱਧੀ ਫੀਸ ਹੈ, ਫੀਸ ਘੱਟ ਰੱਖੀ ਗਈ ਹੈ ਟਿਊਸ਼ਨ ਫੀਸ। ਜੇਕਰ ਤੁਸੀਂ ਆਸਟ੍ਰੇਲੀਆ ਦੀ ਯੂਨੀਵਰਸਿਟੀ ਦੇ ਸਿੰਗਾਪੁਰ ਕੈਂਪਸ ਦੇ ਵਿੱਚ ਪੜ੍ਹਦੇ ਜੇ, ਇੱਕ ਸਮੈਸਟਰ ਪੜ੍ਹਨ ਤੋਂ ਬਾਅਦ ਤੁਸੀਂ ਆਰਾਮ ਨਾਲ ਟ੍ਰਾਂਸਫਰ ਲੈ ਸਕਦੇ ਹੋ। ਔਰ ਉਹ ਟ੍ਰਾਂਸਫਰ ਇਸ ਕਰਕੇ ਵੀ ਦਿੱਤੀ ਜਾਂਦੀ ਹੈ, ਵੀਜ਼ਾ ਵੀ ਲਵਾ ਕੇ ਦਿੱਤਾ ਜਾਂਦਾ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਫੀਸ ਜ਼ਿਆਦਾ ਵਾ। ਕਿਤੇ ਨਾ ਕਿਤੇ ਤੁਸੀਂ ਇੱਕ ਗਾਹਕ ਹੋ, ਤੁਸੀਂ ਇੱਕ ਆਮਦਨ ਦਾ ਸੋਰਸ ਹੋ ਉਸ ਯੂਨੀਵਰਸਿਟੀ ਦਾ। ਇਸੇ ਤਰੀਕੇ ਨਾਲ ਆਸਟ੍ਰੇਲੀਆ ਦੇ ਵਿੱਚ ਦੂਸਰੀ ਯੂਨੀਵਰਸਿਟੀ ਹੈ, ਨਿਊ ਕੈਸਲ ਯੂਨੀਵਰਸਿਟੀ। ਨਿਊ ਕੈਸਲ ਯੂਨੀਵਰਸਿਟੀ ਵੀ ਇੱਕ ਆਸਟ੍ਰੇਲੀਆ ਦੀ ਟੌਪ ਯੂਨੀਵਰਸਿਟੀ ਹੈ, ਜਿਨ੍ਹਾਂ ਨੇ ਕੈਂਪਸ ਸਿੰਗਾਪੁਰ 'ਚ ਖੋਲ੍ਹਿਆ ਪਾਥਵੇ ਕੋਰਸਿਸ ਵਾਸਤੇ।
ਜਿਹੜੇ ਬੱਚੇ ਸਿੱਧਾ ਆਸਟ੍ਰੇਲੀਆ ਨਹੀਂ ਜਾ ਸਕਦੇ, ਜਿਹਦੇ ਬੱਚੇ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਨਹੀਂ ਕਰਦੇ ਪਏ, ਉਹ ਨਿਊ ਕੈਸਲ ਯੂਨੀਵਰਸਿਟੀ 'ਚ ਪੜ੍ਹ ਸਕਦੇ ਆ, ਬਿਨਾਂ ਆਇਲਸ ਦੇ ਦਾਖਲਾ ਹੋ ਜਾਂਦਾ ਇੱਥੇ। ਤੀਸਰੀ ਜੇ ਆਪਾਂ ਗੱਲ ਕਰਦੇ ਹਾਂ ਸਿੰਗਾਪੁਰ ਦੇ ਵਿੱਚ, ਤੀਸਰੀ ਯੂਨੀਵਰਸਿਟੀ ਹੈ JCU, ਜੇਮਸ ਕੁੱਕ ਯੂਨੀਵਰਸਿਟੀ। ਇਹ ਬ੍ਰਿਸਬਨ ਦੇ ਵਿੱਚ ਯੂਨੀਵਰਸਿਟੀ ਹੈ, ਕੇਨਸ ਦੇ ਵਿੱਚ ਆਸਟ੍ਰੇਲੀਆ 'ਚ, ਬਟ ਇਹਨਾਂ ਨੇ ਇੱਕ ਆਪਣਾ ਸਿੰਗਾਪੁਰ 'ਚ ਕੈਂਪਸ ਖੋਲਿਆ ਹੋਇਆ, ਜਿੱਥੇ ਤੁਸੀਂ ਇੱਕ ਸਮੈਸਟਰ ਪੜ੍ਹ ਕੇ ਅਗਲਾ ਸਮੈਸਟਰ ਤੁਸੀਂ ਆਸਟ੍ਰੇਲੀਆ ਜੁਆਇਨ ਕਰ ਸਕਦੇ ਜੇ। ਇਹ ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਬੱਚਿਆਂ ਦੇ ਵੀਜ਼ੇ ਰਿਫਿਊਜ਼ ਹੋ ਚੁੱਕੇ ਆ, ਜਾਂ ਉਹ ਬੱਚੇ ਜਿਹੜੇ ਬੱਚੇ ਆਇਲਸ ਨਹੀਂ ਕਰ ਪਾ ਰਹੇ। ਇਹ ਕੁਝ ਇੱਕ ਤਰੀਕੇ ਆ ਜਿਨ੍ਹਾਂ ਦੇ ਨਾਲ ਤੁਸੀਂ ਪਾਥਵੇ ਕੋਰਸਿਸ ਦੇ ਦਾਖਲਾ ਲੈ ਕੇ ਜਾ ਸਕਦੇ ਹੋ। ਹੁਣ ਇਹੀ ਸਾਰੇ ਕੋਰਸਿਸ ਹੋਰ ਵੀ ਕੰਟਰੀਆਂ 'ਚ ਅਵੇਲੇਬਲ ਹੈ। ਮਲੇਸ਼ੀਆ ਦੀ ਗੱਲ ਕਰ ਲਈਏ, 4 ਆਸਟ੍ਰੇਲੀਅਨ ਯੂਨੀਵਰਸਿਟੀਆਂ ਦੇ ਕੈਂਪਸ ਉੱਥੇ ਖੁੱਲ੍ਹੇ ਹੋਏ ਆ। ਦੁਬਈ ਦੀ ਗੱਲ ਕਰ ਲਈਏ, ਦੁਬਈ ਦੇ ਵਿੱਚ 4 ਯੂਨੀਵਰਸਿਟੀਆਂ ਦੇ ਕੈਂਪਸ ਖੁੱਲ੍ਹੇ ਹੋਏ ਆ। ਮੈਂ ਨਹੀਂ ਕਹਿੰਦਾ ਤੁਸੀਂ ਇਹਨਾਂ ਮੁਲਕਾਂ 'ਚ ਜਾਓ, ਬਟ ਜੇਕਰ ਕਾਮਯਾਬ ਨਹੀਂ ਹੋ ਪਾ ਰਹੇ, ਜਾਣਾ ਆਸਟ੍ਰੇਲੀਆ ਵੈ, ਦਿਸ ਵਿਲ ਬੀ ਦਾ ਵਨ ਰੂਟ, ਇੱਕ ਰਸਤਾ ਹੋ ਸਕਦਾ ਵੈ ਉੱਥੇ ਪਹੁੰਚਣ ਦਾ। ਮੇਰੀ ਕੋਸ਼ਿਸ਼ ਸੀਗੀ ਤੁਹਾਨੂੰ ਇਕੱਲੀ ਇਕੱਲੀ ਚੀਜ਼ ਦੱਸਾਂ, ਕਿੱਦਾਂ ਕਿੱਦਾਂ ਅਸੀਂ ਬਿਨਾਂ ਆਇਲਸ ਦੇ ਕਿੱਦਾਂ ਕਿੱਦਾਂ, ਇਹ 4 ਰਸਤੇ ਆ ਬੇਸਿਕਲੀ, ਟ੍ਰਿਕਸ ਨੇ ਜਿਹੜੀਆਂ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਨੂੰ ਪਤਾ ਹੁੰਦੀਆਂ। ਹੋ ਸਕਦਾ ਹਰ ਸਟੂਡੈਂਟ ਤੱਕ ਇਹ ਇਨਫੋਰਮੇਸ਼ਨ ਨਾ ਪਹੁੰਚ ਸਕਦੀ ਹੋਵੇ। ਮੈਂ ਇਹ ਵੀਡੀਓ ਇਸ ਕਰਕੇ ਨਹੀਂ ਬਣਾ ਰਿਹਾ, ਅਸੀਂ ਇਹ ਇਸ ਕਰਕੇ ਪ੍ਰੋਗਰਾਮ ਨਹੀਂ ਕਰਦੇ ਪਏ ਕਿ ਤੁਸੀਂ ਸਾਡੇ ਕੋਲ ਹੀ ਆਉਣਾ ਵੈ, ਇਹਨੂੰ ਚੰਗੀ ਤਰ੍ਹਾਂ ਸਮਝੋ। ਇਹ ਸਾਰੇ ਪ੍ਰੋਗਰਾਮ 'ਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪ੍ਰੋਸੈਸ ਹੈ, ਠੱਗੀ ਦਾ ਸ਼ਿਕਾਰ ਨਹੀਂ ਹੋਣਾ ਅਸੀਂ, ਅਸੀਂ ਐਜੂਕੇਟ ਹੋਣਾ ਵੈ। ਜਦੋਂ ਅਸੀਂ ਐਜੂਕੇਟ ਹੋਵਾਂਗੇ ਅਸੀਂ ਕਾਮਯਾਬ ਹੋ ਜਾਵਾਂਗੇ। ਮੇਰੀ ਡੈਡੀਕੇਸ਼ਨ ਹੈ ਉਹਨਾਂ 2.5 ਕਰੋੜ ਪੰਜਾਬੀਆਂ ਨੂੰ ਜਿਹੜੇ ਪੰਜਾਬ 'ਚ ਰਹਿੰਦੇ ਆ। ਅਕਸਰ ਲੋਕ ਮੈਨੂੰ ਕਹਿੰਦੇ ਆ ਕਿ ਤੁਸੀਂ ਹਿੰਦੀ 'ਚ ਵੀਡੀਓ ਨਹੀਂ ਬਣਾਉਂਦੇ, ਹਿੰਦੀ ਦਾ ਕੰਟੈਂਟ ਸਾਡੇ ਪੰਜਾਬੀ ਵੀਰਾਂ ਨੂੰ ਨਹੀਂ ਸਮਝ ਲੱਗਦਾ, ਜ਼ਿਆਦਾਤਰ ਲੋਕ ਪੰਜਾਬੀ 'ਚ ਚੀਜ਼ਾਂ ਸੁਣਨੀਆਂ ਚਾਹੁੰਦੇ, ਇਸ ਕਰਕੇ ਮੈਂ ਪੰਜਾਬੀ ਦੇ ਵਿੱਚ ਹੀ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰਦਾ। ਲਾਸਟ ਜਿਹੜਾ ਬਿਨਾਂ ਆਇਲਸ ਦੇ ਆਸਟ੍ਰੇਲੀਆ ਜਾਣ ਦਾ ਤਰੀਕਾ ਵਾ, ਉਹ ਬੜਾ ਯੂਨੀਕ ਹੈ, ਉਹ ਆਸਟ੍ਰੇਲੀਅਨ ਗੌਰਮੈਂਟ ਨੇ ਬਣਾਇਆ ਹੋਇਆ ਵਾ। 4 ਰਸਤੇ ਛੱਡੇ ਹੁੰਦੇ ਆ ਕਈ ਵਾਰੀ, ਕੀ ਹੈ ਇਹ 4 ਰਸਤਾ? ਇਹਨੂੰ ਕਿਹਾ ਜਾਂਦਾ ਐਲੀਕੋਸ, ਇੰਗਲਿਸ਼ ਪੜ੍ਹਨ ਦਾ ਕੋਰਸ। ਅੱਜ ਬਹੁਤ ਸਾਰੇ ਮੁਲਕਾਂ 'ਚ ਲੋਕ ਆਸਟ੍ਰੇਲੀਆ ਜਾਂਦੇ ਆ, ਇੱਦਾਂ ਦੇ ਮੁਲਕਾਂ 'ਚੋਂ ਜਾਂਦੇ ਜਿੱਥੇ ਅੰਗਰੇਜ਼ੀ ਬੋਲੀ ਵੀ ਨਹੀਂ ਜਾਂਦੀ, ਜਿਨ੍ਹਾਂ ਦੇ ਵਿੱਚ ਚੀਨ, ਰਸ਼ੀਆ, ਯੂਰਪ, ਦੁਬਈ, ਬਹੁਤ ਸਾਰੀਆਂ ਮਿਡਲ ਈਸਟ ਦੀਆਂ ਕੰਟਰੀਆਂ ਜਿਨ੍ਹਾਂ 'ਚੋਂ ਬੱਚੇ ਆਸਟ੍ਰੇਲੀਆ ਪੜ੍ਹਨ ਜਾਂਦੇ ਆ, ਕਿਉਂਕਿ ਆਸਟ੍ਰੇਲੀਅਨ ਸਰਕਾਰ ਦਾ ਇਹ ਕਾਰੋਬਾਰ ਹੈ। ਉਹ ਇੱਦਾਂ ਦੇ ਸਾਰੇ ਬੱਚੇ ਜਿਨ੍ਹਾਂ ਨੂੰ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ, ਪੜ੍ਹਨੀ ਨਹੀਂ ਆਉਂਦੀ, ਲਿਖਣੀ ਨਹੀਂ ਆਉਂਦੀ, ਇੱਦਾਂ ਦੇ ਬੱਚਿਆਂ ਵਾਸਤੇ ਐਲੀਕੋਸ, ਐਲੀਕੋਸ ਇੰਗਲਿਸ਼ ਦਾ ਕੋਰਸ ਇੱਕ ਬਣਾਇਆ ਗਿਆ ਵਾ, ਜਿਹਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ। ਹੁਣ ਤੁਸੀਂ ਆਇਲਸ ਨਹੀਂ ਕੀਤੀ, ਤੁਸੀਂ ਇੱਦਾਂ ਦੇ ਕੋਰਸ ਕਾਲਜ ਲੱਭਣੇ ਆਸਟ੍ਰੇਲੀਆ 'ਚ ਜਿਹੜੇ ਇੰਗਲਿਸ਼ ਦਾ ਕੋਰਸ ਕਰਾਉਂਦੇ ਆ, ਤੁਸੀਂ ਇੰਗਲਿਸ਼ ਕੋਰਸ ਦੇ ਵਿੱਚ ਦਾਖਲਾ ਲੈ ਕੇ ਵੀ ਆਸਟ੍ਰੇਲੀਆ ਜਾ ਸਕਦੇ ਹੋ। ਲਾਸਟ ਅਸੀਂ ਇੱਕ ਪ੍ਰਮੋਸ਼ਨ ਕਰਦੇ ਪਏ, LLN ਟੈਸਟ। ਬਹੁਤ ਸਾਰੇ ਇੱਦਾਂ ਦੇ ਕਾਲਜ ਨੇ, ਯੂਨੀਵਰਸਿਟੀਆਂ ਨੇ, ਜਿਨ੍ਹਾਂ ਨੇ ਆਪ ਦਾ ਇੰਗਲਿਸ਼ ਦਾ ਟੈਸਟ ਰੱਖਿਆ ਹੋਇਆ, ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜੇਕਰ ਤੁਹਾਡੇ 75% ਨੰਬਰ ਨੇ ਔਰ ਤੁਸੀਂ ਆਇਲਸ ਨਹੀਂ ਕੀਤੀ ਹੋਈ, ਤੁਸੀਂ ਸਾਡੇ ਕੋਲ ਵਿਜ਼ਿਟ ਕਰੋਗੇ, ਅਸੀਂ ਤੁਹਾਨੂੰ ਅਪੁਆਇੰਟਮੈਂਟ ਲੈ ਕੇ ਦਿਆਂਗੇ ਯੂਨੀਵਰਸਿਟੀ ਕੋਲ। ਇਹ ਟੈਸਟ ਤੁਸੀਂ ਸਕਾਈਪ 'ਤੇ ਦੇ ਸਕਦੇ ਹੋ, ਔਨਲਾਈਨ ਦੇ ਸਕਦੇ ਹੋ, ਤੁਸੀਂ ਸਾਡੇ ਦਫ਼ਤਰ 'ਚ ਵੀ ਦੇ ਸਕਦੇ ਹੋ। ਇਹ ਟੈਸਟ ਦੇ ਬੇਸ ਦੇ ਉੱਤੇ ਡਿਸਾਈਡ ਹੁੰਦਾ ਕਿ ਤੁਹਾਡੇ ਅੰਦਰ ਕਿੰਨੀ ਕਾਬਲੀਅਤ ਹੈ, ਇਹ ਯੂਨੀਵਰਸਿਟੀ ਕਾਲਜ ਨੇ ਡਿਸਾਈਡ ਕਰਕੇ ਤੁਹਾਡਾ ਆਇਲਸ ਵੇਵਰ ਕਰਨਾ ਹੁੰਦਾ। ਅਤੇ ਇਹ ਸੀਗੇ ਉਹ ਤਰੀਕੇ ਜਿਨ੍ਹਾਂ ਦੇ ਨਾਲ ਤੁਸੀਂ ਬਿਨਾਂ ਆਇਲਸ ਦੇ ਵੀ ਆਸਟ੍ਰੇਲੀਆ ਜਾ ਸਕਦੇ ਹੋ। ਜੇਕਰ ਤੁਹਾਨੂੰ ਇਹ ਚੰਗੀਆਂ ਲੱਗੀਆਂ ਚੀਜ਼ਾਂ, ਤੁਹਾਨੂੰ ਨੰਬਰ ਦਿੱਤਾ ਗਿਆ, ਤੁਸੀਂ ਮੇਰੇ ਨਾਲ ਫੋਨ ਕਰਕੇ ਅਪੁਆਇੰਟਮੈਂਟ ਰੱਖ ਸਕਦੇ ਜੇ। ਮੇਰੀ ਕੋਸ਼ਿਸ਼ ਹੋਏਗੀ ਤੁਹਾਨੂੰ ਇਕੱਲੀ ਇਕੱਲੀ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰਾਂ, ਤੁਹਾਨੂੰ ਤੁਹਾਡੀ ਐਲੀਜੀਬਿਲਟੀ ਦੱਸਾਂ। ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਆਪ ਵੀ ਫੋਲੋ ਕਰ ਲਓਗੇ, ਕਿਸੇ ਵੀ ਏਜੰਟ ਦੇ ਕੋਲ ਅਪਲਾਈ ਕਰ ਲਓਗੇ, ਤਾਂ ਵੀ ਵੀਜ਼ਾ ਤੁਹਾਡਾ ਲੱਗ ਜਾਏਗਾ। ਸਾਡਾ ਉਦੇਸ਼ ਤੁਹਾਡੇ ਤੱਕ ਸਹੀ ਇਨਫੋਰਮੇਸ਼ਨ ਪਹੁੰਚਾਉਣਾ, ਨਾ ਕਿ ਤੁਹਾਨੂੰ ਗੁੰਮਰਾਹ ਕਰਨਾ। ਬਿਨਾਂ ਆਇਲਸ ਦੇ ਜਾਇਆ ਜਾ ਸਕਦਾ, 6 ਬੈਂਡ 6.5 ਬੈਂਡ ਨਾਲ ਕਿੱਦਾਂ ਵਿਦੇਸ਼ ਜਾਈਦਾ ਤਾਂ ਸਾਰਿਆਂ ਨੂੰ ਹੀ ਪਤਾ, ਹਰ ਕੋਈ ਤੁਹਾਨੂੰ ਦੱਸ ਦੇਗਾ ਕਿੱਦਾਂ ਤੁਸੀਂ ਆਪਣੀ ਮੰਜ਼ਿਲ ਤੱਕ ਪਹੁੰਚਣਾ। ਨਾ ਕਾਮਯਾਬ ਹੋ ਚੁੱਕੇ ਹੋ, ਵੀਜ਼ਾ ਰਿਫਿਊਜ਼ ਹੋ ਚੁੱਕਾ ਵੈ, ਫੰਡ ਦਿਖਾਉਣ ਨੂੰ ਨਹੀਂ ਹੈਗੇ, ਬਹੁਤ ਸਾਰੀਆਂ ਪ੍ਰੋਬਲਮ ਹੈ। ਇਹ ਵੀਡੀਓ ਕਿਸੇ 5, 10, 50 ਹਜ਼ਾਰ ਲੋਕਾਂ ਵਾਸਤੇ ਮੈਂ ਨਹੀਂ ਬਣਾਈ। ਇਸ ਪ੍ਰੋਗਰਾਮ ਦਾ ਮੋਟਿਵ 2.5 ਕਰੋੜ ਪੰਜਾਬੀਆਂ ਤੱਕ ਇਹ ਮੈਸੇਜ ਪਹੁੰਚਾਉਣਾ ਵੈ ਕਿ ਕਿੱਦਾਂ ਅਸੀਂ ਬਗੈਰ ਆਇਲਸ ਦੇ, ਬਗੈਰ ਅੰਗਰੇਜ਼ੀ ਦੇ ਆਸਟ੍ਰੇਲੀਆ ਜਾ ਸਕਦੇ ਹਾਂ। ਆਸਟ੍ਰੇਲੀਆ ਬਿਨਾਂ ਆਇਲਸ ਦੇ ਜਾਣਾ ਸੌਖਾ ਵੈ, ਆਸਟ੍ਰੇਲੀਆ ਬਿਨਾਂ ਆਇਲਸ ਦੇ ਕਿੱਦਾਂ ਜਾਇਆ ਜਾ ਸਕਦਾ, ਕੀ ਉੱਥੇ ਦੀ ਗੌਰਮੈਂਟ ਦੇ ਕਾਨੂੰਨ ਹੈ, ਔਰ ਕਿੱਦਾਂ ਇਹ ਸਾਰੀਆਂ ਚੀਜ਼ਾਂ ਤੁਹਾਡੇ 'ਤੇ ਲਾਗੂ ਹੋਣਗੀਆਂ। ਤੁਹਾਨੂੰ 2 ਸਾਲ ਹੋ ਗਏ ਆ ਪੜ੍ਹਾਈ ਛੱਡੀ ਨੂੰ, ਤੁਸੀਂ ਫਿਰ ਵੀ ਜਾ ਸਕਦੇ ਹੋ।
ਤੁਹਾਡੇ ਕੋਲ ਆਇਲਸ ਦੇ ਵਿੱਚ ਘੱਟ ਬੈਂਡ ਹੈ ਜਾਂ ਤੁਸੀਂ ਅੰਗਰੇਜ਼ੀ ਦੇ ਵਿੱਚ ਕਮਜ਼ੋਰ ਹੋ, ਤੁਹਾਨੂੰ ਆਇਲਸ ਨਹੀਂ ਆਉਂਦੀ, ਤੁਸੀਂ ਨਹੀਂ ਕਰਨਾ ਚਾਹੁੰਦੇ ਆਇਲਸ, ਤੁਸੀਂ ਤਾਂ ਵੀ ਆਸਟ੍ਰੇਲੀਆ ਜਾ ਸਕਦੇ ਹੋ। ਬਹੁਤ ਸਾਰੇ ਲੋਕ ਨਖਿੱਦਣਗੇ ਇਹਨੂੰ ਕਿ ਨਹੀਂ ਇਹ ਤਾਂ ਹੁੰਦਾ ਹੀ ਨਹੀਂ, ਇਹ ਤਾਂ ਪੋਸੀਬਲ ਹੀ ਨਹੀਂ ਹੈ। ਅਤੇ ਦੋਸਤੋ ਕਈ ਤਰ੍ਹਾਂ ਦੀਆਂ ਐਗਜ਼ਾਮਪਲਸ ਹੁੰਦੀਆਂ। ਕੁਝ ਡਾਕਟਰ ਹੁੰਦੇ ਆ ਜਿਨ੍ਹਾਂ ਦੇ ਕੋਲ ਮਰੀਜ਼ ਮਰ ਜਾਂਦਾ, ਕੁਝ ਡਾਕਟਰ ਹੁੰਦੇ ਆ ਜਿਨ੍ਹਾਂ ਕੋਲ ਮਰੀਜ਼ ਬਚ ਜਾਂਦਾ। ਡਿਪੈਂਡ ਕਿਹਦੇ 'ਤੇ ਕਰਦਾ? ਡਿਪੈਂਡ ਆਦਮੀ ਦੇ ਸਰੀਰ 'ਤੇ ਕਰਦਾ। ਜਦੋਂ ਕਿਸੇ ਦੇ ਸਰੀਰ ਦੇ ਅੰਦਰ ਤਾਕਤ ਹੋਏਗੀ, ਮਾੜਾ ਡਾਕਟਰ ਵੀ ਉਹਨੂੰ ਬੰਦੇ ਨੂੰ ਬਚਾ ਜੂਗਾ। ਜਦੋਂ ਕਿਸੇ ਦੇ ਸਰੀਰ 'ਚ ਕੁਛ ਨਹੀਂ ਹੋਏਗਾ, ਤਾਂ ਚੰਗਾ ਡਾਕਟਰ ਵੀ ਮਾੜੇ ਬੰਦੇ ਨੂੰ ਨਹੀਂ ਬਚਾ ਸਕਦਾ। ਇਹੀ ਇਗਜ਼ਾਮਪਲ ਲਾਗੂ ਹੁੰਦੀ ਹੈ ਇੱਕ ਵਕੀਲ ਦੇ ਉੱਤੇ ਵੀ। ਇੱਕ ਵਕੀਲ ਦੇ ਕੋਲ ਚੰਗਾ ਕੇਸ ਚਲਾ ਗਿਆ, ਕੇਸ ਦੇ ਵਿੱਚ ਦਮ ਸੀਗਾ, ਮਾੜੇ ਵਕੀਲ ਨੇ ਵੀ ਚੰਗਾ ਕੇਸ ਜਿਤਾ ਦਿੱਤਾ। ਇੱਕ ਮਾੜਾ ਕੇਸ ਚੰਗੇ ਵਕੀਲ ਕੋਲ ਚਲਾ ਗਿਆ, ਉਹ ਫਿਰ ਵੀ ਨਹੀਂ ਜਿਤਾ ਪਾਇਆ ਕਿਉਂਕਿ ਕੇਸ 'ਚ ਦਮ ਨਹੀਂ ਸੀ। ਇਸੇ ਤਰੀਕੇ ਨਾਲ ਦਮ ਕਿੱਥੋਂ ਸ਼ੁਰੂ ਹੋਣਾ? ਦਮ ਤੁਹਾਡੇ 'ਚੋਂ ਸ਼ੁਰੂ ਹੋਣਾ। ਜੇਕਰ ਤੁਹਾਡੇ 12ਵੀਂ 'ਚ 75% ਨੰਬਰ ਹੈ, ਮੈਂ 12 ਦੁਬਾਰਾ ਤੁਹਾਨੂੰ ਐਕਸਪਲੇਨ ਕਰਦਾ। ਜੇਕਰ ਤੁਸੀਂ 12ਵੀਂ ਕੀਤੀ ਹੈ ਔਰ 12ਵੀਂ ਕੀਤਿਆਂ 2 ਸਾਲ ਹੋ ਚੁੱਕੇ ਹੈ ਔਰ 12ਵੀਂ 'ਚ ਤੁਹਾਡੇ 75% ਨੰਬਰ ਹੈ, ਤਾਂ ਤੁਸੀਂ ਬਿਨਾਂ ਆਇਲਸ ਦੇ ਆਸਟ੍ਰੇਲੀਆ ਦੀ ਫਾਈਲ ਲਾ ਸਕਦੇ ਹੋ। ਇਹ ਕੰਡੀਸ਼ਨ ਕਿੱਥੋਂ ਆਉਂਦੀ ਹੈ? ਇਹ ਕੰਡੀਸ਼ਨ ਆਉਂਦੀ ਹੈ ਇੱਕ ਐਜੂਕੇਸ਼ਨ ਪ੍ਰੋਵਾਈਡਰ ਵੱਲੋਂ। ਜਿੱਥੇ ਤੁਸੀਂ ਪੜ੍ਹਨ ਜਾਣਾ, ਜਿਸ ਕਾਲਜ ਯੂਨੀਵਰਸਿਟੀ 'ਚ, ਉਹਨੇ ਇਹ ਦੇਖਣਾ ਕਿ ਤੁਸੀਂ ਚੰਗੇ ਸਟੂਡੈਂਟ ਹੈਗੇ ਹੋ। 75% ਦਾ ਇੱਕ ਬੈਰੀਅਰ ਰੱਖਿਆ ਗਿਆ ਕੁਝ ਕਾਲਜਾਂ ਵੱਲੋਂ, ਯੂਨੀਵਰਸਿਟੀਆਂ ਵੱਲੋਂ, ਜਿਹਦੇ ਵਿੱਚ 75% ਤੁਹਾਡੇ ਪਲੱਸ 2 'ਚ ਨੰਬਰ ਹੈ, ਤੁਸੀਂ ਬਿਨਾਂ ਆਇਲਸ ਦੇ ਵੀ ਜਾ ਸਕਦੇ ਹੋ। ਹੋਰ ਤੁਹਾਨੂੰ ਕੋਈ ਜਾਣਕਾਰੀ ਜਾਣਨਾ ਚਾਹੁੰਦੇ ਹੋ, ਤੁਸੀਂ ਸਾਨੂੰ ਕਮੈਂਟ ਬੋਕਸ 'ਚ ਲਿਖ ਸਕਦੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਤੁਸੀਂ ਆਸਟ੍ਰੇਲੀਆ ਜਾਣਾ, ਤੁਸੀਂ ਕੈਨੇਡਾ ਜਾਣਾ, ਮੈਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪ੍ਰੋਗਰਾਮ ਬਣਾਊਂਗਾ ਤਾਂ ਕਿ ਤੁਹਾਨੂੰ ਕੈਨੇਡਾ ਬਾਰੇ ਜਾਣਕਾਰੀ ਦਿੱਤੀ ਜਾਏ, ਤੁਹਾਨੂੰ ਅਮਰੀਕਾ ਬਾਰੇ ਜਾਣਕਾਰੀ ਦਿੱਤੀ ਜਾਏ। ਅੱਜ ਦਾ ਮੁੱਖ ਉਦੇਸ਼ ਇਹ ਸੀਗਾ ਕਿ ਆਸਟ੍ਰੇਲੀਆ ਨੂੰ ਐਕਸਪਲੇਨ ਕੀਤਾ ਜਾਏ। ਇਹਦੇ 'ਚ ਕੋਈ ਵੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਜ਼ਰੂਰ ਇਹਨੂੰ ਵੀਡੀਓ ਨੂੰ ਕਮੈਂਟ ਕਰਿਓ ਜਾਂ ਸਾਨੂੰ ਕਾਲ ਕਰਿਓ। ਤੁਹਾਨੂੰ ਕੋਈ ਗੱਲ ਮਾੜੀ ਲੱਗਦੀ ਹੈ ਤਾਂ ਜ਼ਰੂਰ ਦੱਸਿਓ, ਸੋ ਦੈਟ ਅਸੀਂ ਇਹਦੇ ਚੇਂਜਿਸ ਕਰ ਪਾਈਏ। ਧੰਨਵਾਦ।